ਜੇ ਤੁਸੀਂ ਆਪਣਾ ਮਹਿਕਮਾ ਚਲਾਉਣਾ ਤੁਸੀਂ ਆਪਣੇ ਐਮ ਐਲ ਏ ਐਮ ਐਲ ਏ ਸਾਹਿਬ ਨੇ ਆਪਣੇ ਹਲਕੇ ਦੇ ਪ੍ਰੋਬਲਮਾਂ ਸਮੱਸਿਆਵਾਂ ਨੂੰ ਤੇ ਲੋਕਾਂ 'ਚ ਵਿਚਰਨਾ ਪੈਂਦਾ ਤੋ ਉਸੇ ਵਿਚਰਨ ਕਰਕੇ ਸਾਡੇ ਜਿਹੜੇ ਸੀਨੀਅਰ ਮੰਤਰੀ ਨੇ ਰਾਜਾ ਸਾਹਿਬ ਕੁਆਰੰਟੀਨ ਕਰ ਸਕਦੀ ਹੈ ਸਰਕਾਰ ਉਹਨਾਂ ਦਾ ਵੈਸੇ ਧਿਆਨ ਰੱਖ ਸਕਦੀ ਹੈ ਬਾਕੀ ਲੋਕਾਂ ਨੇ ਆਪਣਾ ਧਿਆਨ ਆਪ ਉਹਨਾਂ ਨੇ ਵੀ ਆਪਣੇ ਰਾਇ ਉੱਥੇ ਦੇਣੀ ਆ ਉਸ ਰਾਇ ਤੋਂ ਬਾਅਦ ਸਾਡੇ ਜਿਹੜੇ ਜੀ ਸਾਹਿਬਾਨ ਆ ਰਹੇ ਹੈਗੇ ਨੇ ਉਹ ਆਪਣੀ ਸਾਂਝੀ ਰਾਇ ਦੇਣਗੇ ਆਪੋ ਆਪਣੇ ਵਿਚਾਰ ਰੱਖਣਗੇ ਫਿਰ ਉਸ ਤੋਂ ਬਾਅਦ ਫੈਸਲਾ ਸੀਐਮ ਸਾਹਿਬ ਦੇ ਉੱਤੇ ਹੁੰਦਾ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਅਸੀਂ ਜਿਹੜਾ ਸੀ ਐਮ ਸਾਹਿਬ ਦਾ ਆਦੇਸ਼ ਨੇ ਸਾਰਾ ਉਹਨਾਂ ਦਾ ਪਾਲਣ ਕੀਤਾ ਮੈਂ ਤਾਂ ਜਿਹੜੇ ਆਪਣੇ ਟੈਸਟ ਕਰਾਇਆ ਸੀ ਆਪਣਾ ਹਲੇ ਉਹਨੂੰ 5 ਦਿਨ ਹੋਏ ਸੀ ਅਤੇ ਮੈਂ 5 ਦਿਨਾਂ ਬਾਅਦ ਮੈਂ ਵੀ ਦੁਬਾਰਾ ਕਰਵਾਵਾਂਗਾ ਕਿਉਂਕਿ ਜਿਹੜੇ ਸਾਡੇ ਕਲੀਨਿਕਲ ਲੋਕ ਨੇ ਇਹਨਾਂ ਨੇ ਬਹੁਤ ਸਾਰੇ ਲੋਕਾਂ ਨਾਲ ਉਹਦੀ ਮੁਲਾਕਾਤ ਕੀਤੀ ਔਰ ਉਸ ਮੁਲਾਕਾਤ ਵਿੱਚ ਕੌਣ ਬੰਦਾ ਉਹਨਾਂ ਕੌਣ ਨਹੀਂ ਉਹਦਾ ਸਾਨੂੰ ਕਈ ਵਾਰੀ ਪਹਿਚਾਣ ਨਹੀਂ ਹੁੰਦੀ ਅਤੇ ਪੂਰਾ ਦੇਖਣ ਸਵੇਰ ਦਾ ਮੇਰੇ ਕੋਲ 1 ਕਰੋੜ ਸੀਗਾ ਮੈਂ ਬੜੀ ਕੋਸ਼ਿਸ਼ ਕੀਤੀ ਕਿ ਮੈਂ ਸੋਸ਼ਲ ਡਿਸਟੈਂਸ ਬਣਾ ਕੇ ਰੱਖਿਆ ਜਾਵੇ ਲੇਕਿਨ ਉੱਥੇ ਦਾ ਰੱਖ ਲਿਆ ਫਿਰ ਬਾਅਦ ਲੋਕ ਇਕੱਠੇ ਹੋ ਜਾਂਦੇ ਲੋਕਾਂ ਨੂੰ ਅੰਦਰ ਬੈਠਣ ਨੂੰ ਵੀ ਕਹਿੰਦੇ ਬੈਠਦੇ ਨੇ ਪਰ ਪੋਲੀਟੀਕਲ ਬੰਦਿਆਂ ਨੂੰ ਫੀਲਡ 'ਚ ਜਾਣਾ ਪੈਂਦਾ ਕਿ ਤੁਸੀਂ ਆਪਣਾ ਮਹਿਕਮਾ ਚਲਾਉਣਾ ਤੁਸੀਂ ਆਪਣੇ ਐਮ ਐਲ ਏ ਐਮ ਐਲ ਏ ਸਾਹਿਬ ਨੇ ਆਪਣੇ ਹਲਕੇ ਦੇ ਪ੍ਰੋਬਲਮਾਂ ਸਮੱਸਿਆਵਾਂ ਨੂੰ ਤੁਹਾਨੂੰ ਲੋਕਾਂ 'ਚ ਵਿਚਰਨਾ ਪੈਂਦਾ ਤੋ ਉਸੇ ਵਿਚਰਨ ਕਰਕੇ ਸਾਡੇ ਜਿਹੜੇ ਸੀਨੀਅਰ ਮੰਤਰੀ ਨੇ ਰਾਜਵਾ ਸਾਹਿਬ ਪਹੁੰਚੇ ਹੋਏ ਨੇ ਪਰ ਬੜੀ ਮਿਹਰਬਾਨੀ ਕਿਰਪਾ ਹੈ ਕਿ ਬਿਲਕੁਲ ਉਹ ਠੀਕ ਠਾਕ ਨੇ ਔਰ ਜਿੰਨੇ ਉਹਦੇ ਟੈਸਟ ਰਾਤ ਹੋਏ ਨੇ ਸਾਰੇ ਟੈਸਟ ਆਕਸੀਜਨ ਲੈਵਲ ਸੀ ਜਾਂ ਹੋਰ ਲੈਵਲ ਸਾਰੇ ਓਕੇ ਨੇ ਬਿਲਕੁਲ ਫਾਈਨ ਨੇ ਸਾਰੇ ਅਤੇ ਪਰਮਾਤਮਾ ਕਰੇ ਵੀ ਕੱਲ੍ਹ ਸ਼ਾਮ ਜਦੋਂ ਉਹ ਆਪਣੇ ਘਰੇ ਉਹਨਾਂ ਨੂੰ ਕੁਆਰੰਟਾਈਨ ਕੀਤਾ ਕਿੱਥੇ ਉਹਨਾਂ ਨੂੰ ਇਸ ਵੇਲੇ ਰੱਖਿਆ ਗਿਆ ਉਹਦੇ ਸਾਰੇ ਟੈਸਟ ਰਿਪੋਰਟਿੰਗ ਹੋਏਗੀ ਅਤੇ ਫੋਟੇ ਦੇ ਵਿੱਚ ਬਲੱਡ ਦਾ ਆਕਸੀਜਨ ਲੈਵਲ ਬਾਕੀ ਜਿਹੜਾ ਨਮੂਨੀਆ ਕੋਈ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਬੁਖਾਰ ਚੱਲ ਰਿਹਾ ਸੀਗਾ ਹੁਣ ਤੱਕ ਨਹੀਂ ਉਹ ਬੁਖਾਰ ਥੋੜ੍ਹਾ ਸੀਗਾ ਲੇਕਿਨ ਹੁਣ ਨੋਰਮਲ ਬਾਕੀ ਕੈਬਨਿਟ ਦੀ ਟੈਸਟਿੰਗ ਜਿਹੜੀ ਆ ਉਹਦੇ ਲਈ ਅੱਜ ਸਾਡੇ ਜਿੰਨੇ ਸਾਡੇ ਕੈਬਨਿਟ ਦੇ ਵਜ਼ੀਰ ਸਾਰਿਆਂ ਨੇ 11 ਵਜੇ ਜਾ ਕੇ ਉੱਥੇ ਪੰਜਾਬ ਭਵਨ 'ਚ ਉਹਨਾਂ ਨੇ ਟੈਸਟ ਆਪਣੇ ਸੈਂਪਲ ਲਿੱਤੇ ਨੇ ਜਿਹਦੇ ਰਿਜ਼ਲਟ ਅੱਜ ਸ਼ਾਮ ਤੱਕ ਜਾਂ ਤੁਹਾਨੂੰ ਕਿਸੇ ਵਕਤ ਮਿਲਣਗੇ ਕਿ ਉਹ ਬੜਾ ਜ਼ਰੂਰੀ ਹੈ ਕਿਉਂਕਿ ਅਸੀਂ ਜੇ ਹੁਣ ਤੁਹਾਨੂੰ ਤੁਸੀਂ ਇੱਥੇ ਇੰਨੇ ਬੰਦੇ ਆਏ ਹੋ ਅਤੇ ਜੇ ਸਾਡੇ ਕੋਲ ਵੀ ਹੈ ਕੁਆਰੰਟੀਨ ਕਰ ਸਕਦੀ ਹੈ ਸਰਕਾਰ ਉਹਨਾਂ ਦਾ ਵੈਸੇ ਧਿਆਨ ਰੱਖ ਸਕਦੀ ਹੈ ਬਾਕੀ ਲੋਕਾਂ ਨੇ ਆਪਣਾ ਧਿਆਨ ਆਪ ਲੋਕਾਂ ਨੂੰ ਖੁਦ ਚਾਹੀਦਾ ਕਿ ਅਸੀਂ ਸਰਕਾਰ ਨੇ ਗਾਈਡਲਾਈਨ ਜਾਰੀ ਕੀਤੀ ਹੈ ਮਾਸਕ ਪਹਿਨਣਾ ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ ਘੱਟ ਤੋਂ ਘੱਟ ਬਾਹਰ ਨਿਕਲਣਾ ਖਾਸ ਕਰ ਜਿਹੜੇ ਕੋਮੋਰਬਿਡ ਨੇ ਉਹਨਾਂ ਨੂੰ ਤਾਂ ਬਿਲਕੁਲ ਹੀ ਜਿਵੇਂ ਸ਼ੂਗਰ ਦਾ ਮਰੀਜ਼ ਆ ਜਾਂ ਹਾਈਪਰਟੈਂਸ਼ਨ ਜਾਂ ਕਿਡਨੀ ਦਾ ਜਾਂ ਕੈਂਸਰ ਹੈ ਜਾਂ ਆਤਮਾ ਜਾਂ ਟੀ ਬੀ ਹੈ ਉਹ ਤਾਂ ਬਿਲਕੁਲ ਹੀ ਸੀਨੀਅਰ ਏਜ 'ਚ ਹੈਗੇ ਨੇ ਉਹਨਾਂ ਨੂੰ ਬਿਲਕੁਲ ਇਸ ਗੱਲ ਦਾ ਪਰਹੇਜ਼ ਕਰਨਾ ਚਾਹੀਦਾ ਬਾਕੀ ਜਿਹੜੇ ਆਮ ਜਨਤਾ ਹੈ ਉਹਨਾਂ ਦਾ ਕੰਮ ਕਰਨਾ ਵੀ ਜ਼ਰੂਰੀ ਹੈ ਅਤੇ ਪ੍ਰੋਕੋਸ਼ਨ ਲੈਣਾ ਜਿਹੜੇ ਕੈਪਟਨ ਦੇ ਪ੍ਰੋਗਰਾਮ ਦੇ ਸੋਸ਼ਲ ਮੀਡੀਆ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਹੁਣ ਮਜਬੂਰ ਹੋ ਰਿਹਾ ਸਖਤੀ ਕਰਾਂਗੇ ਲੋਕ ਬਹੁਤ ਲਾਪਰਵਾਹੀ ਬਿਲਕੁਲ ਬਿਲਕੁਲ ਦੇਖੋ ਅਸੀਂ ਲੋਕਾਂ ਨੂੰ ਬੜਾ ਹੱਥ ਬੰਨ ਕੇ ਸਾਡਾ ਸਮਝਾਇਆ ਵੀ ਭਾਈ ਅਪੀਲ ਕਰਦੇ ਹਾਂ ਕਿੰਨਾ ਆਪਾਂ ਰੋਜ਼ ਖਰਚਾ ਐਡ ਤੇ ਕਰ ਰਹੇ ਹਾਂ ਕਿੰਨਾ ਆਪਣਾ ਦੇਖੋ ਜਦੋਂ ਬੰਦਾ ਮੋਬਾਈਲ ਆਨ ਕਰਦਾ ਨਾਲ ਦੀ ਨਾਲ ਐਪ ਸ਼ੁਰੂ ਹੋ ਜਾਂਦਾ ਕਿ ਵੀ ਤੁਸੀਂ ਭਾਈ ਪ੍ਰੀਕੋਸ਼ਨ ਰੱਖੋ ਲੇਕਿਨ ਲੋਕ ਉਹਦੀ ਪਰਵਾਹ ਨਹੀਂ ਸੀ ਕਰਦੇ ਲੇਕਿਨ ਹੁਣ ਸਖਤੀ ਨਾਲ ਚਲਾਣ ਵੀ ਹੋ ਰਹੇ ਨੇ ਸਭ ਕੁਝ ਹੋ ਰਿਹਾ ਲੇਕਿਨ ਕੁਝ ਲੋਕ ਹਲੇ ਵੀ ਜਿਹੜਾ ਆਪਣੇ ਆਪ ਨੂੰ ਉੱਪਰ ਸਮਝਦੇ ਨੇ ਉਹਨਾਂ ਅੰਦਰ ਫਿਰ ਪਰ ਸਖਤੀ ਕਰਨੀ ਸ਼ੁਰੂ ਅਤੇ ਕੈਬਨਿਟ ਦੇ ਵਿੱਚ ਅੱਜ ਕੋਈ ਵੱਡੇ ਫੈਸਲੇ ਸਖਤੀ ਲਈ ਵਰਤੇ ਜਾਣਗੇ ਦੇਖੋ ਕੈਬਨਿਟ ਦਾ ਏਜੰਡਾ ਹਲੇ ਮੈਂ ਹੁਣ ਪੜ੍ਹਨ ਲੱਗਿਆ ਹੈਗਾ ਸਵੇਰ ਦਾ ਲੋਕਾਂ ਨੂੰ ਮਿਲਿਆ ਹੈਗਾ ਲੇਕਿਨ ਜੋ ਉੱਥੇ ਪੈਸੇ ਕੋਵਿਡ ਦੇ ਗੱਲ ਜ਼ਰੂਰ ਹੋਏਗੀ ਤਾਂ ਉਸੇ ਦੀ ਗੱਲ ਫਿਰ ਦੇਖੋ ਸੁਣੋ ਜਿਹੜੀ ਐਕਸਪਰਟ ਕਮੇਟੀ ਆ ਉਹ ਪੂਰੇ ਹਿੰਦੁਸਤਾਨ ਨੂੰ ਪੂਰੇ ਵਾਰਡ ਨੂੰ ਵਾਚ ਕਰਦੀ ਹੈ ਉਹਨਾਂ ਨੇ ਵੀ ਆਪਣੇ ਰਾਇ ਉੱਥੇ ਦੇਣੀ ਆ ਉਸ ਰਾਇ ਤੋਂ ਬਾਅਦ ਸਾਡੇ ਜਿਹੜੇ ਜੀ ਸਾਹਿਬਾਨ ਸਾਰੇ ਹੈਗੇ ਨੇ ਉਹ ਆਪਣੀ ਸਾਂਝੀ ਰਾਇ ਦੇਣਗੇ ਆਪੋ ਆਪਣੇ ਵਿਚਾਰ ਰੱਖਣਗੇ ਫਿਰ ਉਸ ਤੋਂ ਬਾਅਦ ਫੈਸਲਾ ਸੀਐਮ ਸਾਹਿਬ ਦੇ ਉੱਤੇ ਹੁੰਦਾ ਹੁਣ ਤੁਹਾਡੇ ਤੁਸੀਂ ਇੱਥੇ ਇੰਨੇ ਬੰਦੇ ਆਏ ਹੋ ਅਤੇ ਜੇ ਸਾਡੇ ਕੋਲ ਇਨਫੈਕਸ਼ਨ ਹੋਵੇ ਤੁਹਾਨੂੰ ਸਾਰਿਆਂ ਨੂੰ ਹੋ ਜਾਏਗੀ ਜੇ ਤੁਹਾਡੇ ਕੋਲ ਹੋਊਗਾ ਜਿੰਨੇ ਇੱਥੇ ਬੈਠੇ ਹੋ ਸਾਰਿਆਂ ਨੂੰ ਹੋ ਜਾਏਗੀ ਤਾਂ ਆਪਣੇ ਪ੍ਰੀਕੋਸ਼ਨ ਲੈਣ ਦੇ ਵਾਸਤੇ ਬਹੁਤ ਜ਼ਰੂਰੀ ਫੈਸਲਾ ਸੀ ਇਸ ਕਰਕੇ ਫੈਸਲਾ ਸੀਐਮ ਸਾਹਿਬ ਨੇ ਮਾਰਿਆ ਬਿਊਰੋਕਰੇਸੀ ਤੋਂ ਅਸੀਂ ਤਕਰੀਬਨ ਮੈਂ ਤਾਂ ਜਿਹੜਾ ਫੀਲਡ ਦੇ ਵਿੱਚ ਜਿਹੜੇ ਫਰੰਟ ਲਾਈਨ 'ਤੇ ਕੰਮ ਕਰ ਰਹੇ ਨੇ ਚਾਹੇ ਉਹ ਆਸ਼ਾ ਵਰਕਰ ਨੇ ਚਾਹੇ ਪੁਲਿਸ ਪ੍ਰਸ਼ਾਸਨ ਹੈ ਚਾਹੇ ਆਮ ਲੋਕ ਨੇ ਉਹਨਾਂ ਨੂੰ ਮੈਂ ਕਿਹਾ ਵੀ ਜਦੋਂ ਤੁਸੀਂ ਸੈਂਪਲ ਕਰਦੇ ਹੋ ਜਿਹੜੇ ਬੰਦੇ 1 ਹਫ਼ਤਾ ਡਿਊਟੀ ਕਰਦੇ ਉਹਦਾ ਲਾਸਟ ਡਿਊਟੀ ਜਾ ਕੇ ਉਹਦਾ ਸੈਂਪਲ ਲੈ ਕੇ ਟੈਸਟ ਨੂੰ ਕਰਾਓ ਤਾਂ ਕਿ ਸਾਡੇ ਬੱਚੇ ਜਿਹੜੇ ਫਰੰਟ ਵਾਰੀਅਰ ਨੇ ਉਹ ਬਚੇ ਰਹੇ ਜਿਵੇਂ ਕੰਟਰੋਲ ਰੂਮ ਦੇ ਵਿੱਚ ਵਿਪਲ ਉੱਜਲ ਜੀ ਕੰਮ ਕਰ ਰਹੇ ਸੀ ਲਗਾਤਾਰ ਅਤੇ ਕਈ ਦੇ ਟੱਚ ਦੇ ਵਿੱਚ ਵੀ ਅਸੀਂ ਕਿ ਕੰਟਰੋਲ ਰੂਮ ਦੇ ਵਿੱਚ ਵੀ ਕਿਸੇ ਤਰ੍ਹਾਂ ਵਿਪਲ ਦਾ ਜਿਹੜਾ ਮੈਨੂੰ ਲੱਗਦਾ ਵੀ ਜਿਹੜਾ ਉੱਥੋਂ ਦਾ ਰੋਪੜ ਦਾ ਐਸ ਡੀ ਐਮ ਪੋਜ਼ਿਟਿਵ ਹੋਇਆ ਉੱਥੋਂ ਉਹਦੀ ਵਾਈਫ ਹੋਈ ਉੱਥੋਂ ਵਾਈਫ ਤੋਂ ਬਾਅਦ ਪੂਰਾ ਪਰਿਵਾਰ ਤੋਂ ਉੱਜਲ ਹੋਏ ਨੇ ਅਤੇ ਲੇਕਿਨ ਉੱਜਵਲ ਨੂੰ ਜੋ ਪਤਾ ਲੱਗਿਆ ਜੀ ਵਾਈਫ ਪੋਜ਼ਿਟਿਵ ਆ ਤਾਂ ਉਹਨਾਂ ਨੂੰ ਡਿਊਟੀ 'ਤੇ ਆਉਣਾ ਚਾਹੀਦਾ ਆਉਂਦੇ ਨਹੀਂ ਸੀ ਨਹੀਂ ਉੱਥੇ ਨੂੰ ਆਏ ਸੀ ਤਾਂ ਉਹਨੇ ਮੀਟਿੰਗ ਮੂਟਿੰਗ ਕੀਤੀਆਂ ਬਾਜਵਾ ਸਾਹਿਬ ਨੂੰ ਉੱਥੇ ਬਾਜਵਾ ਸਾਹਿਬ ਨੂੰ ਸ਼ਾਇਦ ਪ੍ਰੋਬਲਮ ਸਭ ਜਗ੍ਹਾ ਤੇ ਜਿੱਥੇ ਜਿੱਥੇ ਵੀ ਸਾਡੇ ਅਫਸਰ ਨੇ ਸਾਰੇ ਦੇਖੋ ਜਿੰਨੀ ਮਸ਼ੀਨਰੀ ਇਸ ਵੇਲੇ ਕੋਡ ਵਾਸਤੇ ਕੰਮ ਕਰ ਰਹੀ ਹੈ ਉਹਦਾ ਸਾਰਾ ਟੈਸਟ ਹੋਣਾ ਬਹੁਤ ਜ਼ਰੂਰੀ ਹੈ।
ਸਿੱਧੂ ਸਾਹਿਬ ਅੱਗੋਂ ਕੀ ਰੋਡ ਮੈਪ ਰਹੇਗਾ ਜਿਸ ਤਰ੍ਹਾਂ ਹਾਲਾਤ ਕੱਲ੍ਹ 340 ਮਾਮਲੇ ਆਏ ਨੇ ਅੱਗੋਂ ਕੀ ਤਿਆਰੀ ਕੀ ਹੈ ਸਰਕਾਰ ਦੇਖੋ ਗੱਲ ਇੱਦਾਂ ਹੈਗੀ ਕਿ ਸਰਕਾਰ ਤਾਂ ਸਿਰਫ ਉਹਨਾਂ ਨੂੰ ਅਸ਼ਵਿਸ਼ ਕਰ ਸਕਦੀ ਹੈ ਕੁਆਰੰਟਾਈਨ ਕਰ ਸਕਦੀ ਹੈ ਸਰਕਾਰ ਉਹਨਾਂ ਦਾ ਵੈਸੇ ਧਿਆਨ ਰੱਖ ਸਕਦੀ ਹੈ ਬਾਕੀ ਲੋਕਾਂ ਨੇ ਆਪਣਾ ਧਿਆਨ ਆਪ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।